ਤੁਸੀਂ ਉਸ ਕੌਮ ਦੇ ਜਾਇਓ ਇਹ ਜੇਲ੍ਹਾਂ ਤੋਂ ਨਹੀਂ ਡਰਾ ਸਕਦੇ ਇਹ ਜੇਲ੍ਹਾਂ 'ਚ ਦਿੱਤੇ ਨੇ ਪਕੜ ਕੇ ਨੋਟਿਸ ਭੇਜ ਰਹੇ ਨੇ ਡਰਾਉਣ ਵਾਸਤੇ ਤੁਸੀਂ ਉਸ ਕੌਮ ਦੇ ਜਾਇਓ ਜਿਨ੍ਹਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਇਤਿਹਾਸ ਹੈ ਤੁਹਾਡਾ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਉਸ ਕੌਮ ਦੇ ਜਾਇਓ ਤਾਂ ਫਿਰ ਤੁਹਾਨੂੰ ਕੌਣ ਡਰਾਉਣੇ ਵਾਲਾ ਜੰਮਿਆ ਕੋਈ ਨਹੀਂ ਡਰਾ ਸਕਦਾ ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ 'ਚ ਰਹਿਣਾ ਹੈ ਤੇ ਚੜ੍ਹਦੀ ਕਲਾ 'ਚ ਰਵਾਂਗੇ ਜਿੱਤ ਕੇ ਮੁੜਾਂਗੇ ਏਕਤਾ ਦਾ ਸਬੂਤ ਦੇਣਾ ਜਿਹੜੀ ਗੱਲ ਡੱਲੇਵਾਲ ਸਾਹਿਬ ਕਹਿ ਕੇ ਗਏ ਨੇ ਅੱਜ ਮੌਕਾ ਹੈ ਅੱਜ ਕੱਲਾ ਹਰਿਆਣਾ ਤੇ ਪੰਜਾਬ ਨਹੀਂ ਯੂਪੀ ਮੱਧ ਪ੍ਰਦੇਸ਼ ਗੁਜਰਾਤ ਉੱਤਰਾਖੰਡ ਮਹਾਰਾਸ਼ਟਰ ਉਹ ਇੱਥੇ ਆ ਕੇ ਬੈਠੇ ਨੇ ਬੇਸ਼ੱਕ ਦੂਰ ਵਾਲੀਆਂ ਸਟੇਟਾਂ ਦੀ ਸੰਖਿਆ ਘੱਟ ਹੋਵੇ ਉਹ ਆ ਕੇ ਬੈਠੇ ਨੇ ਇਸ ਕਰਕੇ ਏਕਤਾ ਦਾ ਸਬੂਤ ਦੇਣਾ ਹੈ ਅੱਜ ਉਹ ਗੱਲ ਜਿਹੜੀ ਹਰ ਵੇਲੇ ਰਾਜਨੀਤਿਕ ਲੋਕ ਰੋਟੀਆਂ ਸੇਕਦੇ ਰਹੇ ਨੇ ਹਰਿਆਣੇ ਤੇ ਪੰਜਾਬ ਨੂੰ ਲੜਾਉਣ ਲਈ ਨਦੀਆਂ ਦੇ ਮੁੱਦੇ ਹੋ ਗਏ ਪਾਣੀ ਦੇ ਮੁੱਦੇ ਹੋ ਗਏ ਚਾਹੇ ਧਰਮ ਦੇ ਮੁੱਦੇ ਹੋ ਗਏ ਉਹ ਸਾਰੀਆਂ ਦੀਵਾਰਾਂ ਤੁਸੀਂ ਸੁੱਟ ਦਿੱਤੀਆਂ ਮੈਂ ਇੱਕ ਗੱਲ ਕਵਾਂਗਾ ਅੰਦੋਲਨ ਤਾਂ ਜਿੱਤਾਂਗੇ ਪਰ ਹੁਣ ਤੱਕ ਤੁਸੀਂ ਵੱਡੀ ਪ੍ਰਾਪਤੀ ਕੀਤੀ ਹੈ ਪੂਰੇ ਵਰਲਡ ਦੇ ਵਿੱਚ ਏਕਤਾ ਦੀ ਸਾਂਝ ਦੇ ਕੇ ਅੱਜ ਹਿੰਦੂ ਮੁਸਲਿਮ ਸਿੱਖ ਈਸਾਈ ਚਾਰੋਂ ਭਾਈ ਭਾਈ ਉਹ ਨਾਰਾ ਜਿਹੜਾ ਉਹਨੂੰ ਤੁਸੀਂ ਕਰ ਵਿਖਾਇਆ ਔਰ ਮੈਂ ਇੱਕ ਗੱਲ ਕਵਾਂਗਾ ਖਾਸ ਕਰ ਪੰਜਾਬ ਵਾਲਿਓ ਤੁਹਾਡੇ ਸਿਰ ਸੇਰਾ ਇਹ ਤੁਸੀਂ ਪਹਿਲਾਂ ਇਕੱਠੇ ਹੋ ਕੇ ਆਏ ਅੱਜ ਵੀ ਮੰਨਦੇ ਨੇ ਬਾਕੀ ਸਟੇਟਾਂ ਵਾਲੇ ਉਹ ਕਹਿੰਦੇ ਅਗਰ ਇਹ 32 ਇਕੱਠੇ ਹੋ ਗਏ ਤੇ ਇਹਨਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਲੈ ਆਂਦਾ ਤੇ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ ਇਹ ਜਿਹੜੀ ਏਕਤਾ ਦਾ ਬਲ ਦਿੱਤਾ ਇਹ ਸੇਰਾ ਤੁਹਾਡੇ ਸਿਰ ਜਾਂਦਾ ਹੈ ਜਦੋਂ ਕੁਛ ਪਾਉਣਾ ਹੋਵੇ ਉਹ ਕਹਿੰਦੇ ਨਾ ਸਿਆਣੇ ਕੁਛ ਪਾਣੇ ਕੇ ਲੀਏ ਕੁਛ ਖੋਣਾ ਪੜਤਾ ਹੈ ਥੋੜਾ ਜਿਹਾ ਨਿਮਰਤਾ ਥੋੜਾ ਜਿਹਾ ਲਫਣਾ ਉਹ ਸਿੱਖ ਲਓ ਜੇ ਕੋਈ ਦੂਜੀ ਸਟੇਟ ਦਾ ਵੀਰ ਆ ਕੇ ਸਵੇਰ ਸ਼ਾਮ ਤੁਹਾਡੇ ਨਾਲ ਤੱਤਿਆਂ ਵੀ ਹੋ ਜਾਵੇ ਤਾਂ ਨਿਮਰਤਾ ਰੱਖਿਆ ਕਰੋ ਹੱਥ ਜੋੜ ਕੇ ਔਰ ਸੇਰਾ ਤੁਹਾਡੇ ਸਿਰ ਵੱਜਣਾ ਇਸ ਨਿਮਰਤਾ ਨੇ ਬੰਨਣਾ ਇਸ ਕਰਕੇ ਇਹ ਧਿਆਨ ਰੱਖਣਾ ਕਿ ਜੇਕਰ ਕੋਈ ਮੰਦੀ ਚੰਗੇ ਸ਼ਬਦ ਵੀ ਬੋਲ ਜਾਵੇ ਤੇ ਲੜਨਾ ਨਹੀਂ ਇੱਥੇ ਇੱਕ ਦੋ ਵਾਰੀ ਸ਼ਿਕਾਇਤਾਂ ਆਈਆਂ ਨੇ ਅੱਜ ਵੀ ਇੱਕ ਪਕੜਿਆ ਨੌਜਵਾਨ ਸ਼ੀਸ਼ੇ ਤੋੜ ਕੇ ਗੱਡੀ 'ਚੋਂ ਚੋਰੀ ਕਰਦਾ ਸੀ ਜਦੋਂ ਮੈਨੂੰ ਫੋਨ ਆਇਆ ਮੈਂ ਕਿਹਾ ਬਿਲਕੁਲ ਨਹੀਂ ਇਹਨੂੰ ਹੱਥ ਨਹੀਂ ਲਾਉਣਾ ਕਿਸੇ ਨੇ ਵੀ ਇਹ ਡਿਪਾਰਟਮੈਂਟ ਨੂੰ ਦੇ ਦੇਣਾ ਉਹ ਫੜ ਲੈਣ ਛੱਡ ਦੇਣ ਪਕੜ ਲਿਆ ਕਰੋ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਆ ਕਰੋ ਮਾਰਨਾ ਕੁੱਟਣਾ ਨਹੀਂ ਆਪਣਾ ਇਹ ਕੰਮ ਨਹੀਂ ਮਾਰਨਾ ਕੁੱਟਣਾ ਸਭ ਤੋਂ ਪਹਿਲੇ ਜਿੰਨੇ ਵੀ ਕਿਸਾਨ ਵੀਰ ਬੈਠੇ ਨੇ ਮੇਰੀਆਂ ਭੈਣਾਂ ਅਤੇ ਮਾਤਾਵਾਂ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬੈਠਿਆ ਕਰੋ ਜਰਾ ਉੱਠ ਕੇ ਜਲਦੀ ਜਲਦੀ ਨਾ ਜਾਇਆ ਕਰੋ ਬੈਠਣ ਦਾ ਥੋੜ੍ਹਾ ਜਿਹਾ ਅਭਿਆਸ ਕਰੋ ਸਰਕਾਰ ਵੇਖਦੀ ਹੈ ਕਿ ਕਿੰਨੇ ਕੁ ਲੋਕ ਬੈਠਦੇ ਨੇ ਅਤੇ ਬੈਠਣ ਦਾ ਅਭਿਆਸ ਕਰੋ ਪਹਿਲਾਂ ਇਹ ਦੱਸੋ ਆਪਾਂ ਚੜ੍ਹਦੀ ਕਲਾ 'ਚ ਹੈਗੇ ਹਾਂ ਹੈਗੇ ਚੜ੍ਹਦੀ ਕਲਾ 'ਚ ਫਿਰ ਬੁਲਾਓ ਗੱਜ ਕੇ ਬੋਲੇ ਸੋਨਿਹਾਲ ਐਦਾਂ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ ਤੁਸੀਂ ਉਸ ਕੌਮ ਦੇ ਜਾਇਓ ਇਹ ਜੇਲ੍ਹਾਂ ਤੋਂ ਨਹੀਂ ਡਰਾ ਸਕਦੇ ਇਹ ਜੇਲ੍ਹਾਂ 'ਚ ਦਿੱਤੇ ਨੇ ਪਕੜ ਕੇ ਨੋਟਿਸ ਭੇਜ ਰਹੇ ਨੇ ਡਰਾਉਣ ਵਾਸਤੇ ਤੁਸੀਂ ਉਸ ਕੌਮ ਦੇ ਜਾਇਓ ਜਿਨ੍ਹਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਇਤਿਹਾਸ ਹੈ ਤੁਹਾਡਾ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਉਸ ਕੌਮ ਦੇ ਜਾਇਓ ਤਾਂ ਫਿਰ ਤੁਹਾਨੂੰ ਕੌਣ ਡਰਾਉਣੇ ਵਾਲਾ ਜੰਮਿਆ ਕੋਈ ਨਹੀਂ ਡਰਾ ਸਕਦਾ ਚੜ੍ਹਦੀ ਕਲਾ 'ਚੋਂ ਚੜ੍ਹਦੀ ਕਲਾ 'ਚ ਰਹਿਣਾ ਹੈ ਤੇ ਚੜ੍ਹਦੀ ਕਲਾ 'ਚ ਰਵਾਂਗੇ ਜਿੱਤ ਕੇ ਮੁੜਾਂਗੇ ਇਸ ਗੱਲ ਦਾ ਧਿਆਨ ਰੱਖੋ ਤਕੜੇ ਹੋ ਕੇ ਦੂਜੀ ਗੱਲ ਏਕਤਾ ਦਾ ਸਬੂਤ ਦੇਣਾ ਜਿਹੜੀ ਗੱਲ ਡੱਲੇਵਾਲ ਸਾਹਿਬ ਕਹਿ ਕੇ ਗਏ ਨੇ ਅੱਜ ਮੌਕਾ ਹੈ ਅੱਜ ਕੱਲਾ ਹਰਿਆਣਾ ਤੇ ਪੰਜਾਬ ਨਹੀਂ ਯੂਪੀ ਮੱਧ ਪ੍ਰਦੇਸ਼ ਗੁਜਰਾਤ ਉੱਤਰਾਖੰਡ ਮਹਾਰਾਸ਼ਟਰ
ਉਹ ਇੱਥੇ ਆ ਕੇ ਬੈਠੇ ਨੇ। ਬੇਸ਼ੱਕ ਦੂਰ ਵਾਲੀਆਂ ਸਟੇਟਾਂ ਦੀ ਸੰਖਿਆ ਘੱਟ ਹੋਵੇ, ਉਹ ਆ ਕੇ ਬੈਠੇ ਨੇ। ਇਸ ਕਰਕੇ ਏਕਤਾ ਦਾ ਸਬੂਤ ਦੇਣਾ ਹੈ। ਅੱਜ ਉਹ ਗੱਲਾਂ ਜਿਹੜੀਆਂ ਰਾਜਨੀਤੀ ਲੋਕਾਂ ਨੇ ਫਰਕ ਪਾਏ ਨੇ ਸਾਡੇ ਵਿੱਚ, ਜਿਹੜੀਆਂ ਧਰਮ ਦੀਆਂ ਦੀਵਾਰਾਂ ਖੜੀਆਂ ਕੀਤੀਆਂ ਨੇ, ਅੱਜ ਉਹ ਦੀਵਾਰਾਂ ਤੁਸੀਂ ਸੁੱਟ ਦਿੱਤੀਆਂ। ਅੱਜ ਉਹ ਭਾਈਚਾਰਕ ਸਾਂਝ ਪੈਦਾ ਕਰਤੀ। ਅੱਜ ਉਹ ਗੱਲ ਜਿਹੜੀ ਹਰ ਵੇਲੇ ਰਾਜਨੀਤਿਕ ਲੋਕ ਰੋਟੀਆਂ ਸੇਕਦੇ ਰਹੇ ਨੇ, ਹਰਿਆਣੇ ਤੇ ਪੰਜਾਬ ਨੂੰ ਲੜਾਉਣ ਲਈ ਨਦੀਆਂ ਦੇ ਮੁੱਦੇ ਹੋ ਗਏ, ਪਾਣੀ ਦੇ ਮੁੱਦੇ ਹੋ ਗਏ, ਚਾਹੇ ਧਰਮ ਦੇ ਮੁੱਦੇ ਹੋ ਗਏ, ਉਹ ਸਾਰੀਆਂ ਦੀਵਾਰਾਂ ਤੁਸੀਂ ਸੁੱਟ ਦਿੱਤੀਆਂ। ਮੈਂ ਇੱਕ ਗੱਲ ਕਵਾਂਗਾ, ਅੰਦੋਲਨ ਤਾਂ ਜਿੱਤਾਂਗੇ, ਪਰ ਹੁਣ ਤੱਕ ਤੁਸੀਂ ਵੱਡੀ ਪ੍ਰਾਪਤੀ ਕੀਤੀ ਹੈ ਪੂਰੇ ਵਰਲਡ ਦੇ ਵਿੱਚ ਏਕਤਾ ਦੀ ਸਾਂਝ ਦੇ ਕੇ। ਅੱਜ ਹਿੰਦੂ, ਮੁਸਲਿਮ, ਸਿੱਖ, ਈਸਾਈ ਚਾਰੋਂ ਭਾਈ ਭਾਈ, ਉਹ ਨਾਰਾ ਜਿਹੜਾ ਉਹਨੂੰ ਤੁਸੀਂ ਕਰ ਵਿਖਾਇਆ, ਇਹ ਤੁਹਾਡੇ ਅੰਦੋਲਨ ਨੇ ਕਰ ਵਿਖਾਇਆ। ਔਰ ਮੈਂ ਇੱਕ ਗੱਲ ਕਵਾਂਗਾ, ਖਾਸ ਕਰ ਪੰਜਾਬ ਵਾਲਿਓ, ਤੁਹਾਡੇ ਸਿਰ ਸੇਰਾ ਇਹ, ਤੁਸੀਂ ਪਹਿਲਾਂ ਇਕੱਠੇ ਹੋ ਕੇ ਆਏ, ਅੱਜ ਵੀ ਮੰਨਦੇ ਨੇ ਬਾਕੀ ਸਟੇਟਾਂ ਵਾਲੇ। ਉਹ ਕਹਿੰਦੇ ਅਗਰ ਇਹ 32 ਇਕੱਠੇ ਹੋ ਗਏ ਤੇ ਇਹਨਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਲੈ ਆਉਂਦਾ ਤੇ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ? ਇਹ ਜਿਹੜੀ ਏਕਤਾ ਦਾ ਬਲ ਦਿੱਤਾ, ਇਹ ਸੇਰਾ ਤੁਹਾਡੇ ਸਿਰ ਜਾਂਦਾ ਹੈ ਤਾਂ ਫਿਰ ਜਦੋਂ ਕੁਛ ਪਾਉਣਾ ਹੋਵੇ, ਉਹ ਕਹਿੰਦੇ ਨਾ ਸਿਆਣੇ, ਕੁਛ ਪਾਣੇ ਕੇ ਲੀਏ ਕੁਛ ਖੋਣਾ ਪੜਤਾ ਹੈ। ਥੋੜ੍ਹਾ ਜਿਹਾ ਨਿਮਰਤਾ, ਥੋੜ੍ਹਾ ਜਿਹਾ ਲਫਣਾ ਉਹ ਸਿੱਖ ਲਓ। ਜੇ ਕੋਈ ਦੂਜੀ ਸਟੇਟ ਦਾ ਵੀਰ ਆ ਕੇ ਸੁਬਹਾ ਸ਼ਾਮ ਤੁਹਾਡੇ ਨਾਲ ਤੱਤਿਆਂ ਵੀ ਹੋ ਜਾਵੇ ਤਾਂ ਨਿਮਰਤਾ ਰੱਖਿਆ ਕਰੋ ਹੱਥ ਜੋੜ ਕੇ, ਔਰ ਸਿਹਰਾ ਤੁਹਾਡੇ ਸਿਰ ਵੱਜਣਾ, ਇਸ ਨਿਮਰਤਾ ਨੇ ਬੰਨਣਾ। ਇਸ ਕਰਕੇ ਇਹ ਧਿਆਨ ਰੱਖਣਾ ਹੈ ਕਿ ਜੇਕਰ ਕੋਈ ਮੰਦੀ ਚੰਗੇ ਸ਼ਬਦ ਵੀ ਬੋਲ ਜਾਵੇ ਤੇ ਲੜਨਾ ਨਹੀਂ। ਇੱਥੇ ਇੱਕ ਦੋ ਵਾਰੀ ਸ਼ਿਕਾਇਤਾਂ ਆਈਆਂ ਨੇ, ਅੱਜ ਵੀ ਇੱਕ ਪਕੜਿਆ ਨੌਜਵਾਨ ਸ਼ੀਸ਼ੇ ਤੋੜ ਕੇ ਗੱਡੀ 'ਚੋਂ ਚੋਰੀ ਕਰਦਾ ਸੀ। ਜਦੋਂ ਮੈਨੂੰ ਫੋਨ ਆਇਆ, ਮੈਂ ਕਿਹਾ ਬਿਲਕੁਲ ਨਹੀਂ, ਇਹਨੂੰ ਹੱਥ ਨਹੀਂ ਲਾਉਣਾ ਕਿਸੇ ਨੇ ਵੀ, ਇਹ ਡਿਪਾਰਟਮੈਂਟ ਨੂੰ ਦੇ ਦੇਣਾ, ਉਹ ਫੜ ਲੈਣ, ਛੱਡ ਦੇਣ, ਪਕੜ ਲਿਆ ਕਰੋ, ਫੜ ਕੇ ਪੁਲਿਸ ਦੇ ਹਵਾਲੇ ਕਰ ਦਿਆ ਕਰੋ, ਮਾਰਨਾ ਕੁੱਟਣਾ ਨਹੀਂ, ਆਪਣਾ ਇਹ ਕੰਮ ਨਹੀਂ ਮਾਰਨਾ ਕੁੱਟਣਾ। ਸਾਡਾ ਵੀਰ ਗਰੇਵਾਲ ਪਰਸੋਂ ਇੱਥੋਂ ਬੋਲ ਕੇ ਗਿਆ, ਮੈਨੂੰ ਬੜਾ ਚੰਗਾ ਲੱਗਿਆ ਕਿ ਬਾਬੇ ਨਾਨਕ ਨੂੰ ਵੀ ਕਰਾਈਆ ਸੱਦਿਆ, ਪਰ ਉਹਨੇ ਸਾਨੂੰ ਨਿਮਰਤਾ ਦੱਸੀ ਹੈ, ਨਿਮਰਤਾ 'ਚ ਰਹਿਣਾ। ਆਪਾਂ ਕਿਸੇ ਨੂੰ ਗਾਲਾਂ ਨਹੀਂ ਕੱਢਣੀਆਂ, ਕਿਸੇ ਨੂੰ ਫਾਲਤੂ ਨਹੀਂ ਬੋਲਣਾ, ਨਿਮਰਤਾ 'ਚ ਜਿੱਤ ਹੁੰਦੀ ਹੈ। ਔਰ ਜਿੱਦਾਂ ਉਹਨੇ ਇੱਥੋਂ ਨਾਮ ਜਪਾਇਆ, ਵਾਹਿਗੁਰੂ ਦਾ ਵੀ ਜਪਾਇਆ, ਹਰੇ ਰਾਮ ਦਾ ਵੀ ਜਪਾਇਆ, ਅੱਲਾਹੂ ਦਾ ਵੀ ਜਪਾਇਆ, ਇਸੇ ਤਰ੍ਹਾਂ ਸਬੂਤ ਦੇਣਾ ਕਿ ਇਹ ਉਹ ਕੌਮ ਹੈ ਜਿਹੜੀ ਦੂਸਰੀਆਂ ਕੌਮਾਂ ਵਾਸਤੇ ਸ਼ਹਾਦਤਾਂ ਦਿੰਦੀ ਆਈ ਹੈ, ਇਹ ਉਹ ਕੌਮ ਹੈ, ਇਸ ਤਰ੍ਹਾਂ ਦਾ ਸਬੂਤ ਦੇਣਾ ਹੈ। ਕਾਨੂੰਨਾਂ ਬਾਰੇ ਮੈਂ ਤਾਂ ਨਹੀਂ ਬੋਲਣਾ, ਡੱਲੇਵਾਲ ਸਾਹਿਬ ਬੜੇ ਵਿਸਤਾਰ 'ਚ ਦੱਸ ਗਏ ਨੇ। ਸੋ ਇਸ ਕਰਕੇ ਏਕਤਾ ਦਾ ਸਬੂਤ ਦਿਓ। ਮੈਂ ਵਾਰ ਵਾਰ ਅਪੀਲ ਕੀਤੀ ਹੈ ਕਿ ਨਗਰਾਂ ਨੂੰ ਸੁਨੇਹਾ ਲਾਓ, ਆਪਣੇ ਨਗਰਾਂ ਨੂੰ ਸੁਨੇਹੇ ਲਾਓ ਕਿ ਦਿੱਲੀ ਆ ਕੇ ਸੰਖਿਆ ਵਧਾਓ, ਇੱਥੇ ਸੰਖਿਆ ਵਧਾਉਣੀ ਹੈ। ਜਿੰਨਾ ਲੰਬਾ ਚੱਲੂ, ਆਪਾਂ ਇਹਨੂੰ ਛੋਟਾ ਨਹੀਂ ਕਰਨਾ, ਜਿੰਨਾ ਲੰਬਾ ਚੱਲੂਗਾ ਨਰਿੰਦਰ ਮੋਦੀ, ਜਿੰਨਾ ਚਿਰ ਦੇਖਣਾ ਚਾਹੁੰਦੀ ਸਰਕਾਰ, ਸਾਡਾ ਸਬਰ ਦੇਖੇ, ਪਰਖੇ, ਹੁਣ ਪਰਖ ਦੀ ਘੜੀ ਹੈ, ਪਰਖੇ, ਉਹ ਵਿਲੱਖਣਤਾ ਪੈਦਾ ਕੀਤੀ ਹੈ ਤੁਸਾਂ ਨੇ। ਇਸ ਕਰਕੇ ਕਦੇ ਮਨ 'ਚ ਮਾਯੂਸੀ ਨਹੀਂ ਲਿਆਉਣੀ। ਜੇ ਕਿਤੇ ਲੰਬਾ ਹੋ ਗਿਆ, ਕਈ ਵੀਰ ਪੁੱਛਦੇ ਨੇ ਸਾਨੂੰ ਕਿ ਕੋਈ ਗੱਲ ਸਰਕਾਰ ਵੱਲੋਂ ਆਈ, ਕੋਈ ਗੱਲ ਚੱਲੀ, ਤੇ ਇੱਕੋ ਜਵਾਬ ਦੇਈਦਾ ਕਿ ਕੋਈ ਗੱਲ ਨਹੀਂ, ਅਸੀਂ ਕੋਈ ਗੱਲ ਨਹੀਂ ਚਲਾਉਣੀ, ਜਿੱਦਣ ਸਰਕਾਰ ਚਲਾਉਣਾ ਚਾਹੇ ਚਲਾ ਲਵੇ, ਬੈਠੇ ਹਾਂ ਔਰ ਜਿੱਤ ਕੇ ਮੁੜਾਂਗੇ ਤੇ ਚੱਲਦੇ ਨੇ। ਮੈਂ ਵੀ ਖੇਤੀ ਇਕੱਠੇ ਹਾਂ ਔਰ ਜਿੱਤ ਕੇ ਮੁੜਾਂਗੇ ਤੇ ਚੱਲਦੇ ਨੇ। ਮੈਂ ਵੀ ਖੇਤੀ ਕਰਦਾ, ਮੇਰੇ ਕੋਲ 11-12 ਕਿੱਲੇ ਕਰਦੇ ਨੇ, 70 ਕਿੱਲੇ ਮੇਰੇ ਕੋਲ ਵਗਦੇ ਨੇ ਠੇਕੇ ਤੇ, ਔਰ ਮੇਰਾ ਇੱਕ ਬੇਟਾ ਹੈ ਪੜ੍ਹਨ ਲਈ ਬਾਹਰ ਗਿਆ, ਇੱਕ ਬੇਟਾ ਇੱਥੇ ਹੈ, ਉਹ ਕਦੇ ਗੰਨੇ ਦੀ ਟਰੋਲੀ ਲੈ ਕੇ ਨਹੀਂ ਸੀ ਗਿਆ ਮੈਨੂੰ, ਪਰ ਇਸ ਵਾਰ ਉਹਨ ਢੋਇਆ 40 ਕਿੱਲੇ ਗੰਨੇ ਦੇ। ਕੋਈ ਗੱਲ ਨਹੀਂ, ਇਹ ਮੁਸੀਬਤਾਂ ਚੱਲਣੀਆਂ ਪੈਣਗੀਆਂ, ਪਰ ਇਤਿਹਾਸ ਗਵਾਹ ਰਹੂਗਾ ਤੁਹਾਡੀ ਹਰ ਇੱਕ ਕੁਰਬਾਨੀ ਦਾ। ਇਸ ਕਰਕੇ ਮੈਂ ਕੋਈ ਆਪਣੀ ਵਡਿਆਈ ਨਹੀਂ ਕਰਦਾ, ਮੈਂ ਤੁਹਾਨੂੰ ਕਹਿ, ਇੱਕ ਦੂਜੇ ਦੇ ਆਂਢ ਗੁਆਂਢ ਦਾ ਕੰਮ ਪਕੜ ਲਓ, ਪਰ ਇਹ ਅੰਦੋਲਨ ਜਿੰਨਾ ਚਿਰ ਸਰਕਾਰ ਚਾਹੇ ਉਹਨਾਂ ਚਿਰ ਚਲਾਵਾਂਗੇ, ਸਬਰ ਨਾਲ ਬੈਠਾਂਗੇ, ਇਹਨੂੰ ਯਕੀਨ ਬਣਾ ਲਓ, ਚਾਹੇ ਉਹਨਾਂ ਚਿਰ ਚਲਾਵਾਂਗੇ, ਸਬਰ ਨਾਲ ਬੈਠਾਂਗੇ, ਇਹਨੂੰ ਯਕੀਨ ਬਣਾ ਲਓ। ਇਹਨੇ ਤੁਹਾਡੇ ਵਿੱਚ ਦੀ ਆਗੂਆਂ ਨੂੰ ਆਖਿਆ ਕਰੋ ਕਿ ਤਕੜੇ ਹੋ ਕੇ ਰਹੋ, ਤੁਹਾਡੇ ਵਿੱਚ ਦੀ ਆਗੂਆਂ ਨੂੰ ਆਖਿਆ ਕਰੋ ਕਿ ਤਕੜੇ ਹੋ ਕੇ ਰਹੋ, ਕੋਈ ਗੱਲ ਨਹੀਂ, ਜਿੰਨਾ ਚਿਰ ਲੰਬਾ ਚੱਲੂ ਇੱਕ ਜੀ ਮੁੜ ਕੇ ਨਹੀਂ ਜਾਊਗਾ, ਇੱਥੇ ਹੀ ਰਵਾਂਗੇ। ਫਿਰ ਉਹ ਜਿਹੜਾ ਤੁਹਾਡਾ ਹੌਸਲਾ ਭਰਿਆ, ਉਹ ਗਲੂਕੋਜ਼ ਦਾ ਕੰਮ ਕਰਦਾ ਆਗੂਆਂ ਲਈ, ਜੇ ਥੋੜ੍ਹੀ ਬਹੁਤ
26 तो बाद कोई निराशा आई सी वह साढ़े हरियाणे वाले वीर ने चुक लिया, यूपी वाले ने चुक लिया, तकड़े हो गए है, तकड़े हो गए। पर मैं एक गल आखा, अज भी यह सेरा तो वापस कराने ने और एम एस पी से लिखित गरंटी लैनी है। उस तो थले कोई गए कोई नौजवान अंदर बंद ने, वह भी यह कह सकेंगे उन्होंने कुर्बानी है। और यह भी कहने एक एक बच्चे की पैरवाई करांगे, डट के जेलों के थाणियों के कुछ नहीं करते। संयुक्त मोर्चा, संयुक्त मोर्चा कुछ नहीं करता। मैं दसना चाहना है तो पैरवाई कर रहे हैं। और पहला विचार सी कि सरकार ऐ छड़ देवे तो चंगी गल है, कानूनी राय सी कि जिदा उन्होंने एक पत्ता भी नहीं तोड़िया, नजायज परचे पाए ने, जे सरकार इं छड़ देवे तो चंगी गल है। पर कोई गल नहीं, जे नहीं सरकार छड़ना चाहती जमानत करावे, जो लीगल प्रोसीजर वो साढ़े नाल इत्थे आए ने, साढ़े बच्चे ने, उन्हां दी जिम्मेवारी साड़ी है, उन्हां नू छड़ा के लियाउणा, उन्हां दे परिवारों दे कोल लैके जाणा, वह साड़ी रिस्पोंसिबिलिटी है। बिल्कुल नहीं घबराउण दी लोड़, संयुक्त किसान मोर्चा बिल्कुल वचनबद्ध है, एक एक बच्चे की जमानत कराएगा, एक एक बच्चे नू ना सिर ना सुटिया करो। ये लगता कई बारी मगर जाने, कहिंदे आगू आए नहीं, सानू छकलां नहीं विखाइयां, कोशिश करते हैं पर कम बहुत रहिंदे ने, कोशिश करते हैं पर कम बहुत रहिंदे ने, कम इदां दी भी रहिंदे ने। आ हुणे तुहानूं मैं दस के हटिया कि एक शीशे तोड़दा फड़ लिया, चोरी करता है, वह भी देखना है थाने जाके, क्योंकि असीं नहीं चाहुंदे। एक दिन रात नूं फड़िया दो साढ़े छोटे पचंगी सिंह गए लै के, उहनां नूं थाने वाले ने बिठा लिया कंप्लेन। किसे किसान नूं नहीं कमाउणा, असीं घुमांगे, असीं इत्थे दे लोकल ने, वह भी अपनी इज्जत नूं सेफ समझदे ने। इस तरह राखी करनी है, तुसीं नौजवानों ने राखी करनी है, बना के जाना कि एक बेस करके इदां दा इतिहास बना के जाना, इस करके इदां दा इतिहास बना के जाना। तुहानूं सजदा करदे ने, एक कोई शिकायत नहीं अज तक, यह सबर है नौजवानों दा। मुड़ांगे जित हुंदी है लड़दे लोगों की, इस करके हमेशा जिहड़े लड़दे लोग जितते ने, ते जिहड़े लोगों की, इस करके हमेशा जिहड़े लड़दे लोग जितते ने। ते किसान प्रदेश एकता।